ਪੰਜਾਬ ਸਰਕਾਰ ਨੇ ਤਿੰਨ ਵਿਭਾਗਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਨੌਕਰੀਆਂ ਕੱਢ ਦਿੱਤੀਆਂ ਹੈਗੀਆਂ ਤੇ ਲੱਗਦਾ ਹੈ ਕਿ ਜਿਹੜੇ ਉਮੀਦਵਾਰ ਇਹਦੇ 'ਚ ਤਿਆਰੀ ਕਰਨੀ ਚਾਹੀਦੀ ਹੈਗੇ ਅਪਲਾਈ ਕਰਨਾ ਚਾਹੀਦਾ ਹੈਗਾ ਜੇ ਜੇ ਦੀ ਯੋਗਤਾ ਬੰਦੀ ਹੈਗੀ ਆ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈਗਾ ਕਿ ਜਿਹੜੇ ਵੀ ਚਾਹਵਣ ਵਿਕਤੀ ਹੈਗੇ ਨੇ ਉਮੀਦਵਾਰ ਨੇ ਬਰੋਜਗਾਰ ਨੇ ਉਹ ਆਨਲਾਈਨ ਅਪਲਾਈ ਕਰ ਸਕਦੇ ਨੇ ਆਨਲਾਈਨ ਅਪਲਾਈ ਦੀ ਜਿਹੜੀ ਤਰੀਕ ਹੈ 20 12 ਤੋਂ ਸ਼ੁਰੂ ਹੋਏਗੀ ਔਰ ਆਖਰੀ ਮਿਤੀ ਜਿਹੜੇ ਫਾਰਮ ਭਰਨ ਦੀ ਉਹ 30 12 ਤੇ ਫੀਸ ਭਰਨ ਦੀ ਜਿਹੜੀ ਆਖਰੀ ਮਿਤੀ ਆ ਉਹ 2 ਜਨਵਰੀ 2023 ਨੂੰ ਆ ਇਹ ਸਾਰੀਆਂ ਗਰੁੱਪ ਸੀ ਦੀਆਂ ਭਰਤੀ ਹੋਏਗੀ ਔਰ ਪੰਜਾਬ ਸਟੇਟ ਸਬੋਡੀਨੇਟ ਸਿਲੈਕਸ਼ਨ ਬੋਰਡ ਵੱਲੋਂ ਕੀਤੀ ਜਾਏਗੀ ਔਰ ਸਭ ਤੋਂ ਵੱਡਿਕ ਲ ਇੱਕ ਤੇ ਜ਼ਰੂਰੀ ਯੋਗਤਾ ਜਿਸ ਸਾਬਨ ਕਿਸੇ ਵੈਕੈਂਸੀ ਦੇ ਹਿਸਾਬ ਦੇ ਨਾਲ ਯੋਗਤਾ ਲੇਕਨ ਨਾਲ ਦੇ ਨਾਲ ਜਿਹੜਾ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਜਿਹੜੀ ਵਿਦਿਅਕ ਯੋਗਤਾ ਤੋਂ ਇਲਾਵਾ ਉਹ ਜਿਹੜੇ ਪੰਜਾਬ ਸਿਵਲ ਸਰਵਿਸ ਜਿਹੜੇ ਨਵੇਂ ਰੂਲ ਬਣਾਏ ਨੇ ਜਨਰਲ ਤੇ ਕਮਨ ਕੰਡੀਸ਼ਨ ਆਫ ਸਰਵਿਸ ਰੂਲ ਉਹਦੇ ਮੁਤਾਬਕ ਦਸਵੀਂ ਭਾਸ਼ਾ ਦਾ ਇੱਕ ਟੈਸਟ ਵੱਖਰੇ ਤੌਰ ਤੇ ਲਿਆ ਜਾਊਗਾ ਜਿਹੜੇ ਉਹਦੇ ਚ 50% ਦੀ ਨਾਲ ਉਹ ਦਸਵੀਂ ਭਾਸ਼ਾ ਦਾ ਹਿਸਾਬ ਤੇ ਪੰਜਾਬੀ ਦਾ ਇੱਕ ਵੱਖਰਾ ਟੈਸਟ ਲਿਆ ਜਾਊਗਾ ਰੋਲ ਰੂਪ ਵਿੱਚ ਜਿਹੜੇ ਉਹਦੇ ਚ 50% ਦੀ ਲੋ ਬੱਚੇ ਜਿਹੜੇ ਹੈ ਉਹ ਜਿਹੜੇ ਉਮੀਦਵਾਰ ਨੇ ਉਹ ਟੈਸਟ ਪਾਸ ਕਰਨਗੇ ਤਦ ਉਹਨਾਂ ਦੀ ਫਾਈਨਲ ਮੈਰਿਟ ਬਣੇਗੀ ਜਿਹੜਾ 50 ਨੰਬਰ ਫੀਸ ਦੀ ਨਹੀਂ ਲੈ ਕੇ ਜਾਊਗਾ ਇੱਕ ਵੱਖਰੇ ਤੌਰ ਤੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਟੈਸਟ ਲਿਆ ਜਾਊਗਾ 10ਵੀਂ ਦੇ ਸਿਲੇਬਸ ਦੇ ਹਿਸਾਬ ਤੇ ਤੇ ਜਿਹੜਾ ਫੇਲ ਹੋਊਗਾ ਉਹ ਇਸ ਉਮੀਦਵਾਰ ਦੀ ਜਿਹੜੀ ਉਹਦੀ ਪਾਤਰਤਾ ਉਹਦੇ ਖਤਮ ਹੋ ਜਾਊਗੀ ਉਹਨੂੰ ਇਹਦੇ 'ਚ ਅੱਗੇ ਉਹ ਅਪਲਾਈ ਮਤਲਬ ਅਗਲੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈ ਸਕਦਾ ਇਹ ਸਰਕਾਰ ਨੇ ਬਹੁਤ ਵੱਡਾ ਫੈਸਲਾ ਕੀਤਾ ਕਿਉਂਕਿ ਬਹੁਤ ਸਾਰਾ ਕਾਫੀ ਇਸ ਲੰਬੇ ਸਮੇਂ ਤੋਂ ਰੌਲਾ ਪੈਂਦਾ ਆ ਰਿਹਾ ਸੀ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਨੌਕਰੀ ਘੱਟ ਗੈਰ ਪੰਜਾਬੀਆਂ ਨੂੰ ਜ਼ਿਆਦਾ ਮਿਲ ਰਹੀ ਹੈ ਇਸ ਕਰਕੇ ਭਗਵੰਤ ਮਾਨ ਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਸੀ ਨੂੰ ਇਤਿਹਾਸਿਕ ਫੈਸਲੇ ਦੇ ਤੌਰ ਤੇ ਵੀ ਲੈ ਸਕਦੇ ਕਿ ਗਰੁੱਪ ਸੀ ਦੀਆਂ ਜਿੰਨੀਆਂ ਵੀ ਹੁਣ ਭਰਤੀ ਹੋਏਗੀ ਉਹਦੇ ਚ ਵਿਦਿਕ ਯੋਗਤਾ ਜਿਹੜੀ ਜ਼ਰੂਰੀ ਹੈ ਮੌਡਰਨ ਯੋਗਤਾ ਉਹਦੇ ਨਾਲ ਨਾਲ ਇੱਕ 10ਵੀਂ ਪਾਠਸ਼ਾ ਦੇ ਸਿਲੇਬਸ ਜਿਵੇਂ ਦਾ ਹੁੰਦਾ ਉਹਦਾ ਇੱਕ ਵੱਖਰਾ ਟੈਸਟ ਲਿਆ ਜਾਊਗਾ ਤੇ ਜਿਹੜੇ ਉਹਦੇ ਚ 50% ਦੇ ਨੰਬਰ ਪਾਸ ਕਰਨਗੇ ਉਹ ਭਰਤੀ ਵਾਸਤੇ ਯੋਗ ਹੋਣਗੇ ਲਾਇਕ ਹੋਣਗੇ ਕਿਉਂਕਿ ਫਾਈਨਲ ਮੈਰਿਟ ਤਾਂ ਹੀ ਬਣੇਗੇ ਹੁਣ ਕਿਹੜੇ ਕਿਹੜੇ ਵਿਭਾਗ ਚ ਨਿਕਲੀ ਖਜ਼ਾਨਾ ਤੇ ਜਿਹੜਾ ਵਿੱਤ ਵਿਭਾਗ ਵਿੱਤ ਵਿਭਾਗ ਚ 53 ਨੌਕਰੀਆਂ ਨਿਕਲੀਆਂ ਗਈਆਂ ਨੇ ਜਿਹਦੇ ਚ ਸਹਾਇਕ ਖਜ਼ਾਨਚੀ ਹੈ ਸੱਭਿਆਚਾਰਕ ਤੇ ਸੈਰਸਪਾਟਾ ਵਿਭਾਗ ਦੇ ਵਿੱਚ ਕਰੀਬ 13 ਨੌਕਰੀਆਂ ਸਰਕਾਰ ਨੇ ਕੱਢੀਆਂ ਗਈਆਂ ਜਿਹਦੇ ਚ ਜਿਹੜੇ ਵੱਖ-ਵੱਖ ਰੈਂਕ ਨੇ ਗੈਲਰੀ ਸਹਾਇਕ ਕੈਟਾਲੋਗਰ ਜ਼ਿਲ੍ਹਾ ਦਸਤ ਦਸਾਜ ਫੀਲਡ ਆਰਟਿਸਟ ਇਹ ਕੋਲ ਤੇ ਇਹਨਾਂ ਦੇ ਨਾਲ ਦੀ ਨਾਲ ਜਿਹੜੇ ਖੇਤੀਬਾੜੀ ਵਿਭਾਗ ਦੇ ਵਿੱਚ ਵੀ ਕਰੀਬ 160 ਜਿਹੜੀਆਂ ਨੌਕਰੀਆਂ ਕੱਢੀਆਂ ਗਈਆਂ ਲੈਬੋਰਟਰੀ ਸਹਾਇਕ ਦੀਆਂ 9 ਨੇ ਖੇਤੀਬਾੜੀ ਉਪ ਨਿਰਖਕ ਦੀਆਂ 150 ਨੇ ਇਹ ਤਿੰਨ ਵਿਭਾਗਾਂ ਦੀ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈਗੀ ਆ ਔਰ ਉਹਦੇ ਚ ਯੋਗਤਾ ਵੀ ਸਰਕਾਰ ਨੇ ਦੱਸੀ ਹੈਗੀ ਆ ਜਿਹੜੇ ਜਾਣਕਾਰੀ ਜ਼ਿਆਦਾ ਲੈ ਸਕਦੇ ਨੇ ਉਹ ਪੰਜਾਬ ਸਟੇਟ ਸਬੋਡੀਲੇਟ ਸਿਲੈਕਸ਼ਨ ਬੋਰਡ ਦੀ ਵੈਬਸਾਈਟ ਤੇ ਵੀ ਜਾ ਸਕਦੇ ਨੇ ਔਰ ਸੰਪਰਕ ਵੀ ਕੀਤਾ ਜਾ ਸਕਦਾਗਾ ਉਹਨਾਂ ਨੇ ਸਰਕਾਰ ਨੇ ਨੋਟੀਫਿਕੇਸ਼ਨ ਚ ਨੰਬਰ ਵੀ ਲਿਖਿਆ ਹੈਗਾ 0172 2983 ਇਸ ਤੇ ਸੰਪਰਕ ਕੀਤਾ ਜਾ ਸਕਦਾ ਹੈ ਪੂਰੀ ਯੋਗਤਾ ਕੀ ਹੈ ਜਾਂ ਕਿਸੇ ਨੂੰ ਕੋਈ ਕਮੀ ਪੇਸ਼ੀ ਹੈ ਹੁਣ ਇਹਦੇ ਚ ਸਰਕਾਰ ਨੇ ਕਿਹਾ ਕਿ ਜਿਹੜੀ ਭਰਤੀ ਦੀ ਜਿਹੜੀ ਉਮਰ ਆ ਇਹਦੇ ਚ ਕੌਣ ਕੌਣ ਅਪਲਾਈ ਕਰ ਜਿਹਦੀ ਤੇ ਯੋਗਤਾ ਹੈ ਜਾਂ ਵੈਕੈਂਸੀ ਦੇ ਹਿਸਾਬ ਦੇ ਨਾਲ ਪਰ ਜਿਹੜੀ 18 ਸਾਲ ਤੋਂ ਲੈ ਕੇ 37 ਸਾਲ ਵਾਸਤੇ ਅਪਲਾਈ ਕਰ ਸਕਦੇ ਨੇ ਜਿਹੜੇ ਰਿਜ਼ਰਵ ਕੈਟਾਗਰੀ ਦੇ ਨਾਲ ਤਾਲੁਕ ਰੱਖਦੇ ਨੇ ਉਹਨਾਂ ਦੀ ਉਮਰ ਵੱਧ ਤੋਂ ਵੱਧ 42 ਸਾਲ ਹੋਏਗੀ ਔਰ ਜਿਹੜੇ ਕੇਂਦਰੀ ਤੇ ਰਾਜ ਸਰਕਾਰਾਂ ਚ ਇਸ ਟਾਈਮ ਕੰਮ ਕਰ ਰਿ ਨੇ ਕਰਮਚਾਰੀ ਅਗਰ ਉਹਨਾਂ ਨੇ ਇਸ ਨਾ ਅਸਾਮੀਆਂ ਤੇ ਵੀ ਅਪਲਾਈ ਕਰਨਾ ਮਜੂਰੀ ਲੈ ਕੇ ਤੇ ਉਹਨਾਂ ਦੀ ਏਜ ਵੱਧ ਤੋਂ ਵੱਧ 45 ਸਾਲ ਹੋਣੀ ਚਾਹੀਦੀ ਹੈ ਤੇ ਜਿਹੜੇ ਅੰਗਹੀਨ ਨੇ ਉਹਨਾਂ ਦੀ ਉਮਰ 47 ਸਾਲ ਉਹਨਾਂ ਸਰਕਾਰ ਨੇ ਫੀਸ ਵੀ ਤੈਅ ਕੀਤੀ ਹੈ ਕਿ ਜਿਹੜੇ ਬਰੋਜ਼ਗਾਰਾਂ ਕੋਲ ਸਰਕਾਰ ਨੇ ਫੀਸ ਰੱਖੀ ਹੈਗੀ ਹੈ ਜਿਹੜੇ ਤੇ ਜਨਰਲ ਕੈਟਾਗਰੀ ਦੇ ਉਮੀਦਵਾਰ ਹੋਣਗੇ ਉਹਨਾਂ ਨੂੰ 1000 ਰੁਪਇਆ ਔਰ ਜਿਹੜੇ ਐਸਸੀ ਬੀਸੀ ਇਕਨੋਮਿਕਲ ਵੀਕਰ ਸੈਕਸ਼ਨ ਵਾਲੇ ਉਹਨਾਂ ਨੂੰ 250 ਰੁਪਇਆ ਔਰ ਜਿਹੜੇ ਐਕਸ ਸਰਵਿਸਮੈਨ 200 ਰੁਪਇਆ ਔਰ ਜਿਹੜੇ ਫਿਜ਼ੀਕਲ ਹੈਂਡੀਕਪ ਅੰਗਹੀਨ ਅੰਗਹੀਨ ਵਾਲਿਆਂ ਕੋ ਸਰਕਾਰ ਨੇ ਪਤਨ ਕਿਸ ਤਰਜ ਤੇ 500 ਰੁਪਇਆ ਰੱਖ ਦਿੱਤਾ ਹੈਗਾ ਔਰ ਇਹ ਵੀ ਕਿਉਂਕਿ ਇਹ ਸਰਕਾਰ ਨੂੰ ਲੱਗਦਾ ਕਿ ਇਸ ਤੇ ਸੋਚਣਾ ਚਾਹੀਦਾ ਹੈਗਾ ਕਿ ਜੇ ਐਸਸੀਬੀਸੀ ਦੇ ਇਕਨੋਮਿਕਲ ਵੀਕਰ ਸੈਕਸ਼ਨ ਵਾਲਿਆਂ ਨੂੰ 250 ਰੁਪਇਆ ਐਕ ਸਰਵਿਸਮੈਨ ਜਿਹੜੀ ਐਕ ਸਰਵਿਸਮੈਨ ਦੀ ਪੈਨਸ਼ਨ ਵੀ ਆਉਂਦੀ ਹੈਗੀ ਚੰਗੀ ਪੈਨਸ਼ਨ ਵੀ ਆਉਂਦੀ ਆ ਉਹਨਾਂ ਕੋਲ 200 ਰੁਪਏ ਤੇ ਜਿਹੜੇ ਹੈਂਡੀਕੈਪਡ ਨੇ ਫਿਜ਼ੀਕਲ ਤੌਰ ਤੇ ਅੰਗ ਹੀਨ ਆ ਅੰਗ ਹੀਨ ਵਾਲਿਆਂ ਕੋਲ ਤੇ ਕੋਈ ਕਮਾਈ ਦਾ ਸਾਧਨ ਨਹੀਂ ਹੁੰਦਾ ਕਈਆਂ ਦੇ ਲੱਤ ਕੱਟੀ ਹੋਈਆਂ ਨੇ ਬਾਂਹ ਕੱਟੀ ਹੁੰਦੀ ਆ ਤੇ ਉਹਨਾਂ ਕੋ 500 ਰੁਪਈਆ ਇਹ ਸਰਕਾਰ ਦਾ ਪਤਨ ਕਿਉਂ ਇਹ ਰੂਲ ਬਣਾਤਾ 500 ਹਾਲਾਂਕਿ ਸਾਰੇ ਕੋਈ ਬਰੋਜ਼ਗਾਰਾ ਕੋ ਵੀ ਸਰਕਾਰ ਨੂੰ ਚਾਹੀਦੀ ਕਿ ਫੀਸ ਨਹੀਂ ਲੈਣੀ ਚਾਹੀਦੀ ਸਰਕਾਰ ਨੂੰ ਆਪਣੇ ਲੈਵਲ ਤੇ ਪ੍ਰਬੰਧ ਕਰਨੇ ਚਾਹੀਦੇ 1100 ਰੁਪਈਆ ਅ ਅਪਲਾਈ ਕਰਨਾ ਔਖਾ ਹੋ ਜਾਂਦਾ ਹੈ ਜੇ ਕਿਸੇ ਨੇ ਦੋ ਤਿੰਨ ਪੋਸਟਾਂ ਤੇ ਅਪਲਾਈ ਕਰਨਾ ਹੋਵੇ ਤੇ ਉਹਦਾ 3000 ਰੁਪਈਆ ਖੁੱਲ ਸਕਦਾ ਹੈ ਇਸ ਕਰਕੇ ਇਹ ਚਾਹੀਦਾ ਹੈ ਕਿ ਸਰਕਾਰ ਜਦੋਂ ਰਿਟਨ ਟੈਸਟ ਲੈਂਦੀ ਹੈਗੀਆ ਇਹ ਜਿਹੜੀ ਫੀਸ ਆ ਇਹ ਵੀ ਸਰਕਾਰ ਨੂੰ ਆਪਣੇ ਪੱਲੇ ਵਿੱਚ ਦੇਣੀ ਚਾਹੀਦੀ ਜੇ ਸਰਕਾਰ 20000 ਕਰੋੜ ਰੁਪਏ ਦੀ ਸਬਸਿਡੀ ਦੇ ਸਕਦੇ ਨੇ ਤੇ ਫਿਰ ਜਿਹੜੇ ਬਰੋਜ਼ਗਾਰ ਨੇ ਬਰੋਜ਼ਗਾਰ ਲੋਕਾਂ ਕੋਲੋਂ ਇੰਨੇ ਪੈਸੇ ਲੈਣ ਦੀ ਕਿ ਸਰਕਾਰ ਨੂੰ ਲੋਡ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਨੇ ਨੌਕਰੀਆਂ ਜਿਹੜੀਆਂ ਉਹ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਸਰਕਾਰ ਨੇ ਪਹਿਲਾਂ ਲਾਨ ਕੀਤਾ ਸੀ ਕਿ ਅਸੀਂ ਨੌਕਰੀਆਂ ਕੱਢ ਦਿਤੀਆਂ ਸੀ ਲੇਕਿਨ ਅੱਗੇ ਜਾ ਕੇ ਨੋਟੀਫਿਕੇਸ਼ਨ ਇਸੇ ਜਾਰੀ ਹੋਇਆ ਹਾਲਾਂਕਿ ਪਿਛਲੇ ਦਿਨ ਜਿਹੜੀ ਕੈਪੀਟਨ ਮੀਟਿੰਗ ਹੋਈ ਉਸ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਕਿਹਾ ਸੀ ਕਿ ਹਰ ਸਾਲ ਜਿਹੜੇ 1300 ਦੇ ਕਰੀਬ ਸਿਪਾਹੀ ਭਰਤੀ ਕੀਤੇ ਜਾਣਗੇ ਔਰ 300 ਸਬ ਇਨਸਪੈਕਟਰ ਮਤਲਬ ਥਾਣੇਦਾਰ ਪਰਤੀ ਕਿਤੇ ਜਾਣਗੇ ਮਤਲਬ ਪਿਛਲੀਆਂ ਸਰਕਾਰਾਂ ਕੀ ਕਰਦੇ ਨਹੀਂ ਰਹੀਆਂ ਕਿ ਉਹ ਭਰਤੀ ਨਹੀਂ ਕਰਦੇ ਰਹੀਆਂ ਬੈਕਲੌਗ ਇੰਨਾ ਜਿਆਦਾ ਇਕੱਠਾ ਹੋ ਗਿਆ ਪੇ ਸਰਕਾਰ ਵਾਸਤੇ ਸਿਰਦਰਦੀ ਬਣ ਗਿਆ ਹੈਗੀ ਹੁਣਾਂ ਤੇ ਚਾਹੀਦਾ ਜਿਸ ਡਿਪਾਰਟਮੈਂਟ ਜਿੰਨੀਆਂ ਮਨਜ਼ੂਰਸ਼ੁਦਾ ਪੋਸਟਾਂ ਨੇ ਉਹ ਸਾਬ ਦੇ ਨਾਲ ਪੋਸਟਾਂ ਤੇ ਸਰਕਾਰ ਨੂੰ ਤੁਰੰਤ ਜਿਉਂ-ਜਿਉਂ ਖਾਲੀ ਹੁੰਦੀ ਉਹਨਾਂ ਭਰਨੀਆਂ ਚਾਹੀਦੀਆਂ ਹੁਣ ਇਸ ਵਿਭਾਗ ਦੇ ਵਿੱਚ ਜਿਹੜੇ ਤਿੰਨ ਵਿਭਾਗਾਂ ਦੀ ਅੱਜ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਖਜ਼ਾਨਾ ਤੇ ਲੇਖਾ ਸ਼ਾਖਾ ਜਿਹਨੂੰ ਆਪਾਂ ਵਿੱਤ ਵਿਭਾਗ ਕਹਿੰਦੇ ਨੇ ਇਹਦੇ ਵਿੱਚ ਕਰੀਬ 53 ਸਹਾਇਕ ਖਜ਼ਾਨਚੀ ਸਰਕਾਰ ਰੱਖ ਰਹੀ ਆ ਔਰ ਜੇ ਸੱਭਿਆਚਾਰਕ ਸੈਰਸਪਟਾ ਵਿਭਾਗ ਦੀ ਗੱਲ ਕੀਤੀ ਹੈ ਉੱਥੇ 13 ਜਿਹੜੇ ਅਧਿਕਾਰ ਮੁਲਾਜ਼ਮ ਰੱਖੇ ਜਾਣਗੇ ਗੈਲਰੀ ਸਹਾਇਕ ਕੈਟਲੋਗ ਜਿਲਦ ਸਾਜ ਅਤੇ ਫੀਲਡ ਆਰਟਿਸਟ ਔਰ ਖੇਤੀਬਾੜੀ ਵਿਭਾਗ ਦੇ ਵਿੱਚ ਵੀ 160 ਦੇ ਕਰੀਬ ਲੈਬਾਰਟਰੀ ਸਹਾਇਕ ਤੇ ਖੇਤੀਬਾੜੀ ਉਪਰ ਨਿਰਿਖਕ ਰੱਖੇ ਜਾ ਰਹੇ ਨੇ ਸਰਕਾਰ ਵੱਲੋਂ ਔਰ ਜਿਹੜੀਆਂ ਯੋਗਤਾ ਉਹਦੇ ਸਰਕਾਰ ਨੇ ਸਪਸ਼ਟ ਕੀਤਾ ਹੈਗਾ ਕਿ ਮਾਲੂ ਜਿਸ ਜਿੱਥੇ ਡਿਗਰੀ ਦੀ ਜ਼ਰੂਰਤ ਹੈ ਨਾਲ ਦੇ ਨਾਲ ਜਿਹੜੇ ਵੀ ਉਮੀਦਵਾਰ ਨੇ ਫਾਰਮ ਭਰਨਾ ਹੈਗਾ ਪੰਜਾਬੀ ਭਾਸ਼ਾ 10ਵੀਂ ਤੱਕ ਉਹਨੇ ਪੜ੍ਹੀ ਹੋਣੀ ਲਾਜ਼ਮੀਆਂ ਜਾਂ ਇਹਦੇ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ ਲੇਕਿਨ ਜਿਹੜੀ ਮੋਡਲੀ ਤੇ ਵਿਦਿਅਕ ਯੋਗਤਾ ਉਸ ਤੋਂ ਇਲਾਵਾ ਸਰਕਾਰ ਨੇ ਜਿਹੜਾ ਪਿਛਲੇ ਹੀ ਦਿਨੀ ਦਾ ਪੰਜਾਬ ਸਿਵਲ ਸਰਵਿਸ ਜਨਰਲ ਕਾਮਨ ਕੰਡੀਸ਼ਨ ਆਫ ਸਰਵਿਸ ਰੂਲ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿਉਂਕਿ ਲੋਕ ਪੰਜਾਬੀਆਂ ਦੀ ਇੱਕ ਲੰਮੀ ਮੰਗ ਸੀ ਕਿ ਜਿਵੇਂ ਬਾਕੀ ਸੂਬਿਆਂ ਦੇ ਵਿੱਚ ਉੱਥੋਂ ਦੇ ਵਸਨੀਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਫਿਰ ਪੰਜਾਬ ਦੇ ਵਿੱਚ ਵੀ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇ ਹਰਿਆਣੇ ਨੇ ਦਿੱਤੋ ਜਾ ਕੇ ਕਿ ਜਿਹੜੀਆਂ ਗੈਰ ਸਰਕਾਰੀ ਨੌਕਰੀਆਂ ਵੱਡੀ ਵੱਡੀਆਂ ਕੰਪਨੀਆਂ ਉਹਦੇ ਵਿੱਚ ਵੀ 75% ਜਿਹੜੀ ਹਰਿਆਣੇ ਦੇ ਮੁੰਡੇ ਕੁੜੀਆਂ ਨੂੰ ਪਹਿਲਾ ਪਰ ਪੰਜਾਬ ਦੇ ਵਿੱਚ ਫਿਲਾ ਲਈ ਕਿ ਮੁੱਢਲੀ ਯੋਗਤਾ ਵਿਦਿਅਕ ਯੋਗਤਾ ਜ਼ਰੂਰੀ ਯੋਗਤਾ ਦੇ ਨਾਲ-ਨਾਲ ਇੱਕ ਵੱਖਰੀ ਤੌਰ ਤੇ ਸਰਕਾਰੀ ਜਿਹੜੀ ਏਜੰਸੀ ਜਿੱਤੋਂ ਵੀ ਟੈਸਟ ਲਏਗੀ ਉੱਥੇ ਇੱਕ ਟੈਸਟ ਹੋਏਗਾ ਸਿਰਫ ਪੰਜਾਬੀ ਭਾਸ਼ਾ ਦਾ ਬਾਕੀ ਟੈਸਟ ਤੋਂ ਲਾਵਾ ਪੰਜਾਬੀ ਭਾਸ਼ਾ ਦਾ ਇੱਕ ਵੱਖਰਾ ਟੈਸਟ ਹੋਏਗਾ 10ਵੀਂ ਪੱਧਰ ਦਾ ਹੋਏਗਾ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਉਸ 10ਵੀਂ ਪੱਧਰ ਦਾ ਟੈਸਟ ਹੋਏਗਾ ਜਿਹੜੀ ਵੀ ਏਜੰਸੀ ਕਰੇਗੀ ਲਏਗੀ ਉਹਦਾ ਜਿਹੜਾ ਲਿਖਤੀ ਟੈਸਟ ਹੋ ਉਮੀਦਵਾਰ ਨੂੰ 50 ਫੀਸਦੀ ਨੰਬਰ ਹਾਸਲ ਕਰਨੇ ਬੜੇ ਜ਼ਰੂਰੀ ਆ ਤਾਂ ਹੀ ਉਹ ਮੈਰਿਟ ਦੇ ਵਿੱਚ ਆ ਸਕਦਾ ਹੈ ਇਸ ਕਰਕੇ ਨੌਕਰੀਆਂ ਦਾ ਖਹਿਦ ਕਰ ਸਕਦੇ ਕਿ ਨੌਕਰੀਆਂ ਦਾ ਪਟਾਰਾ ਸਰਕਾਰ ਨੇ ਖੋਲ ਦਿੱਤਾ ਹੈਗਾ ਤਿਆਰੀ ਕਰ ਲੈਣੀ ਚਾਹੀਦੀ ਫਾਰਮ ਭਰ ਲੈਣੇ ਚਾਹੀਦੇ ਹੈਗੇ ਕਿਉਂਕਿ ਸਾਡੇ ਹਿੰਦੁਸਤਾਨੀਆਂ ਦੀ ਇੱਕਾ ਇੱਕ ਸਰਕਾਰ ਦੀ ਨੌਕਰੀ ਨੂੰ ਪਹਿਲ ਦਿੱਤੀ ਜਾਂਦੀ ਹੈ ਕਿਉਂਕਿ ਬੜੀ ਸੇਫ ਨੌਕਰੀ ਮੰਨੀ ਜਾਂਦੀ ਹੈ ਰਬਨਾ ਕਰ ਕੋਈ ਮਾੜੀ ਚੰਗੀ ਘਟਨਾ ਵਾਪਰ ਜਾਂਦੀ ਤੇ ਪਰਿਵਾਰ ਦੇ ਵਿੱਚ ਨਾਲੇ ਪੈਨਸ਼ਨ ਮਿਲ ਜਾਂਦੀ ਹੈ ਨਾਲੇ ਨੌਕਰੀ ਮਿਲ ਜਾਂਦੀ ਹੈ ਇੱਕ ਟਾਈਮ ਵੀ 9 ਤੋਂ 5 ਵਾਲਾ ਟਾਈਮ ਆ ਉਹ ਵੀ ਵਧੀਆ ਦੂਜਾ 365 ਦਿਨਾਂ ਦੇ ਵਿੱਚ ਸਿਰਫ 169 ਦਿਨ ਜਾਣਾ ਹੁੰਦਾ ਵੈਸੇ ਵੀ ਸੀਐਲ ਈਐਲ ਪੀਐਲ ਬਹੁਤ ਸਾਰੀਆਂ ਛੁੱਟੀਆਂ ਹੁੰਦੀਆਂ ਨੇ ਤੇ ਇਸ ਕਰਕੇ ਸਰਕਾਰੀ ਨੌਕਰੀ ਨੂੰ ਹਿੰਦੁਸਤਾਨੀ ਜ਼ਿਆਦਾ ਤਰਜੀਹ ਦਿੰਦੇ ਨੇ ਕਿਉਂਕਿ ਸਰਕਾਰੀ ਨੌਕਰੀ ਦੇ ਵਿੱਚ ਮੌਜਾਂ ਜ਼ਿਆਦੀਆਂ ਨਹੀਂ ਕੰਮ ਘੱਟ ਨਹੀਂ ਔਰ ਦੂਜੀ ਗੱਲ ਆ ਕਿ ਇੱਕ ਵੱਖਰੇ ਜੇ ਕੋਈ ਮੁਲਾਜ਼ਮ ਹੈ ਚੋ ਅਧਿਕਾਰੀ ਉਹਦਾ ਟੌਰ ਟੱਪਰ ਬਖਰੇ ਹੈ ਕਿ ਕੁੜੀ ਮੁੰਡਾ ਸਰਕਾਰੀ ਨੌਕਰੀ ਕੰਮ ਕਰਦਾ ਹੈ ਫਿਲਹਾਲ ਇਸੇ ਤਰ੍ਹਾਂ ਦੇਖ ਰਹੇ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ